ਜਦੋਂ ਕਿਸੇ ਖਿੱਤੇ ਦੇ ਲੋਕ ਜਾਂ ਫਿਰ ਜਦੋਂ ਕਿਸੇ ਕੌਮ ਦੇ ਲੋਕ ਜਾਂ ਫਿਰ ਕਹਿ ਲਈਏ ਕਿ ਜਦੋਂ ਕਿਸੇ ਸੂਬੇ ਜਾਂ ਫਿਰ ਰਾਜ ਦੇ ਲੋਕ ਸੋਚ ਲੈਣ ਕਿ ਅਸੀਂ ਇਸ ਬੰਦੇ ਨੂੰ ਜਿਤਾਉਣਾ, ਤਾਂ ਯਕੀਨ ਮੰਨਿਓ ਕਿ ਉਸ ਬੰਦੇ ਨੂੰ ਫਿਰ ਜਿਤਾ ਕੇ ਹੀ ਦਮ ਲੈਂਦੇ ਨੇ। ਅਜਿਹਾ 2022 ਦੇ ਵਿੱਚ ਵੀ ਦਿਖਿਆ ਜਿੱਥੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਹੀ ਦਮ ਲਿਆ। 2024 ਦੇ ਵਿੱਚ ਹਾਲ ਹੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਦੌਰਾਨ ਫਰੀਦਕੋਟ ਤੋਂ ਐਸਾ ਉਮੀਦਵਾਰ ਜਿੱਤਿਆ ਜਿਸ ਨੂੰ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਸੀ। ਆਜ਼ਾਦ ਉਮੀਦਵਾਰ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਨੇ ਜਿਤਾ ਦਿੱਤਾ। ਉਹ ਆਜ਼ਾਦ ਉਮੀਦਵਾਰ ਤੁਸੀਂ ਸਾਰੇ ਜਾਣਦੇ ਹੋ, ਸਰਬਜੀਤ ਸਿੰਘ ਖਾਲਸਾ। ਸਰਬਜੀਤ ਸਿੰਘ ਖਾਲਸਾ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ, ਆਜ਼ਾਦ ਉਮੀਦਵਾਰੀ ਭਰੀ ਤੇ ਲੋਕਾਂ ਦਾ ਇੰਨਾ ਕੁ ਸਾਥ ਮਿਲਿਆ ਕਿ ਅੱਜ ਸਰਬਜੀਤ ਸਿੰਘ ਖਾਲਸਾ ਨੇ ਬੀਤੇ ਦਿਨੀ 70,000 ਤੋਂ ਵੀ ਵੱਧ ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ ਮਾਤ ਦੇ ਦਿੱਤੀ ਤੇ ਫਰੀਦਕੋਟ ਦੇ ਅਗਲੇ ਲੋਕ ਸਭਾ ਦੇ ਮੈਂਬਰ ਯਾਨੀ ਕਿ MP ਬਣ ਗਏ ਨੇ। ਹੁਣ ਦੱਸ ਦਿੰਦੇ ਹਾਂ, ਪਿੱਛੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ, ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਸਰਬਜੀਤ ਸਿੰਘ ਖਾਲਸਾ ਜਿੱਤ ਕੇ ਬਾਹਰ ਆਏ ਤੇ ਦੂਸਰੇ ਪਾਸੇ ਉਹਨਾਂ ਦੇ ਸਮਰਥਕ ਸੀ। ਉਹਨਾਂ ਜਦੋਂ ਦੇਖਿਆ ਕਿ ਸਰਬਜੀਤ ਸਿੰਘ ਖਾਲਸਾ ਜਿੱਤ ਕੇ ਬਾਹਰ ਆ ਰਹੇ ਨੇ ਤਾਂ ਸਮਰਥਕਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਜ਼ਰ ਨਹੀਂ ਆ ਰਿਹਾ। ਸਮਰਥਕ ਭੱਜੇ ਦੌੜੇ, ਹਰ ਕੋਈ ਚਾਹੁੰਦਾ ਸੀ ਕਿ ਸਭ ਤੋਂ ਪਹਿਲਾਂ ਉਹ ਸਰਬਜੀਤ ਸਿੰਘ ਖਾਲਸਾ ਦੇ ਕੋਲ ਪਹੁੰਚੇ ਤੇ ਉਹਨਾਂ ਨੂੰ ਵਧਾਈ ਦੇਵੇ। ਤਸਵੀਰਾਂ ਉਸ ਵੇਲੇ ਦੀਆਂ ਨੇ, ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਫਰੀਦਕੋਟ ਦੇ ਵਿੱਚ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ। ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੂੰ 70,000 ਤੋਂ ਵੱਧ ਵੋਟਾਂ ਦੇ ਨਾਲ ਜਿਤਾ ਦਿੱਤਾ ਹੈ। ਸਰਬਜੀਤ ਸਿੰਘ ਖਾਲਸਾ ਨੂੰ 2,97,000 ਦੇ ਕਰੀਬ ਵੋਟਾਂ ਮਿਲੀਆਂ ਨੇ, ਜਦੋਂ ਕਿ ਦੂਸਰੇ ਨੰਬਰ ਤੇ ਰਹੇ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 2,26,000 ਤੋਂ ਥੋੜੀਆਂ ਜਿਹੀਆਂ ਵੱਧ ਵੋਟਾਂ ਮਿਲੀਆਂ ਨੇ। ਤੀਸਰੇ ਨੰਬਰ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਰਜੀਤ ਕੌਰ ਸਾਹੋ ਕੇ ਰਹੀ ਹੈ ਤੇ ਚੌਥੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਰਹੇ। ਹੁਣ ਇਸੇ ਹੀ ਵੀਡੀਓ ਤੋਂ ਬਾਅਦ ਇੱਕ ਹੋਰ ਵੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਜਿਸ ਦੇ ਵਿੱਚ ਜਿੱਤਣ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਪਹਿਲੀ ਵਾਰ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ ਆ। ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਤਾਂ ਹੁਣ ਤਾਂ ਉਹ ਜਿੱਤ ਗਏ ਨੇ, ਪਰ ਜੇਕਰ ਉਹ ਹਾਰ ਵੀ ਜਾਂਦੇ ਤਾਂ ਫਰੀਦਕੋਟ ਦੇ ਲੋਕਾਂ ਦਾ ਉਹ ਦੇਣਾ ਫਿਰ ਵੀ ਨਹੀਂ ਦੇ ਸਕਦੇ ਸੀ। ਸਰਬਜੀਤ ਸਿੰਘ ਖਾਲਸਾ ਨੇ ਹੋਰ ਬਹੁਤ ਕੁਝ ਕਿਹਾ, ਪਰ ਇੱਕ ਗੱਲ ਨੋਟ ਕਰਨ ਵਾਲੀ ਹੈ, ਸਰਬਜੀਤ ਸਿੰਘ ਖਾਲਸਾ ਨੇ ਆਪਣੇ ਸਮਰਥਕਾਂ ਨੂੰ ਜਿੱਤ ਤੋਂ ਬਾਅਦ ਪਹਿਲੀ ਵਾਰ ਬੋਲਦਿਆਂ ਇਹੀ ਕਿਹਾ ਕਿ ਤੁਹਾਡੇ ਲਈ ਮੇਰੇ ਦਰਬਾਰ ਯਾਨੀ ਕਿ ਘਰ ਦੇ ਬੂਹੇ 24 ਘੰਟੇ ਖੁੱਲ੍ਹੇ ਨੇ। ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਚਾਹ ਭਾਵੇਂ ਰਾਤ ਦੇ 12 ਜਾਂ ਫਿਰ 2 ਵਜੇ ਹੋਣ, ਤੁਸੀਂ ਮੇਰੇ ਕੋਲ ਪਹੁੰਚ ਸਕਦੇ ਹੋ। ਇੰਨਾ ਹੀ ਕਾਫੀ ਹੁੰਦਾ ਹੈ ਉਹਨਾਂ ਲੋਕਾਂ ਨੂੰ ਵਿਸ਼ਵਾਸ ਜਿਤਾਉਣ ਦੇ ਲਈ ਜਿਨ੍ਹਾਂ ਲੋਕਾਂ ਨੇ ਕਿਸੇ ਉਮੀਦਵਾਰ ਨੂੰ ਜਿਤਾਉਣ ਦੇ ਲਈ ਦਿਨ ਰਾਤ ਇੱਕ ਕੀਤਾ ਹੋਵੇ। ਹੋਰ ਕੀ ਕੁਝ ਕਿਹਾ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਸਪੀਚ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ, ਤੁਹਾਨੂੰ ਵੀ ਪੂਰਾ ਸੁਣਾ ਦਿੰਦੇ ਹਾਂ। ਇੰਨਾ ਪਿਆਰ, ਇੰਨਾ ਮਾਣ, ਇੰਨਾ ਸਤਿਕਾਰ ਤੁਸੀਂ ਲੋਕਾਂ ਦਾ, ਜੇ ਮੈਂ ਹਾਰ ਵੀ ਜਾਂਦਾ ਮੈਨੂੰ ਤਾਂ ਵੀ ਯਾਦ ਰਹਿਣਾ ਸੀ। ਬਹੁਤ ਪਿਆਰ ਦਿੱਤਾ ਤੁਸੀਂ ਮੈਨੂੰ, ਕਿਸੇ ਨੇ ਨੀ ਕਿਹਾ ਬਾਈ ਮੇਰੇ ਮੋਟਰਸਾਈਕਲ 'ਚ ਤੇਲ ਪਵਾ, ਕਿਸੇ ਨੇ ਨੀ ਮੈਨੂੰ ਕਿਹਾ ਮੇਰੀ ਗੱਡੀ 'ਚ ਤੇਲ ਪਵਾ, ਕਿਸੇ ਨੇ ਨੀ ਮੈਨੂੰ ਕਿਹਾ ਭਾਈ ਪਾਣੀ ਦਾ ਬੰਦੋਬਸਤ ਕਰ, ਚਾਹ ਲੱਗੀ ਹੈ ਇੰਨੀ ਗਰਮੀ ਹੈ, ਕਿਸੇ ਨੇ ਨੀ ਮੈਨੂੰ ਕਿਹਾ ਭਾਈ ਚਾਹ ਪੀਣੀ ਹੈ, ਕਿਸੇ ਨੇ ਨੀ ਮੈਨੂੰ ਕਿਹਾ ਭਾਈ ਇੰਨਾ ਟਾਈਮ ਹੋ ਗਿਆ ਸਾਨੂੰ।
ਕਰਦੇ ਰਹੇ ਹੋ ਆਪ ਮੁਹਾਰੇ। ਮੈਂ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਮੇਰੇ ਦਰਵਾਜ਼ੇ ਤੁਹਾਡੇ ਲਈ 24 ਘੰਟੇ ਖੁੱਲੇ ਆ, ਜਦ ਮਰਜ਼ੀ ਆਇਓ। ਮਰਜ਼ੀ ਆਇਓ ਜਾਇਓ।